ਭਾਅ ਜੀ, ਮੈਨੂੰ ਮੈਂ ਤੁਹਾਡੀ ਸਟੇਸ਼ਨਰੀ ਦੁਕਾਨ 'ਤੇ ਆਇਆ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਕੁਛ ਵਿਚਾਰ ਮੈਨੂੰ ਦੱਸੋ ਤਾਂ ਕਿ ਲੋਕਾਂ ਤੱਕ ਪਹੁੰਚਾਈਏ। ਜਿਹੜੇ ਔਨਲਾਈਨ ਸ਼ੋਪਿੰਗ ਕਰਦੇ ਆ ਲੋਕ, ਬਿਜ਼ਨਸ ਫੋਨ ਤੋਂ ਕਰਦੇ ਆ ਲੋਕ, ਸਮਾਨ ਮੰਗਾ ਲੈਂਦੇ ਐਮਾਜ਼ੋਨ ਜਾਂ ਕੋਈ ਸਾਈਟਾਂ ਤੋਂ, ਉਹਦੇ ਨਾਲ ਤੁਹਾਡੇ ਜਿਹੜੇ ਦੁਕਾਨਦਾਰ, ਜਿਹੜੇ ਛੋਟੀਆਂ ਦੁਕਾਨਾਂ ਵਾਲੇ ਆ, ਜਿਹੜੇ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਬਹਿੰਦੇ ਆ, ਉਹਨਾਂ ਦੇ ਉੱਤੇ ਕਿੰਨਾ ਕੰਮ ਨੂੰ ਅਸਰ ਪਿਆ? ਕਾਫੀ ਹੱਦ ਤੱਕ ਕਾਫੀ ਅਸਰ ਹੈ, ਕਿਉਂਕਿ ਔਨਲਾਈਨ ਜੋ ਪ੍ਰੋਡਕਟ ਕਸਟਮਰ ਨੂੰ ਮਿਲਦਾ ਹੈ ਨਾ, ਅਤੇ ਅਸੀਂ ਵੀ ਹੋਰ ਤਾਂ ਦੇਖਦੇ ਹਾਂ, ਔਨਲਾਈਨ ਆਈਟਮਸ ਦੇਖਦੇ ਹਾਂ ਸਟੇਸ਼ਨਰੀ ਦੀਆਂ, 90% ਉਹਦੇ ਵਿੱਚ ਚਾਈਨੀਜ਼ ਪ੍ਰੋਡਕਟ ਕਾਫੀ ਮਤਲਬ ਉਹਨਾਂ ਨੇ ਲਾਏ ਹੁੰਦੇ, ਜਿਹਦੇ ਉੱਤੇ ਜ਼ਿਆਦਾ ਮਾਰਜਨ ਕੰਪਨੀਜ਼ ਪਰਚਾ ਲੈਂਦੀ ਹੈ। ਲੇਕਿਨ ਜੋ ਓਰੀਜਨਲ ਪ੍ਰੋਡਕਟਸ ਹੈ ਕੰਪਨੀਜ਼ ਦੇ ਪ੍ਰੋਡਕਟਸ, ਉਹਦੇ ਉੱਤੇ ਲੈਸ ਬਹੁਤ ਘੱਟ ਲੱਗੀ ਹੋਈ, ਉਹਦੇ ਨਾਲ ਜ਼ਿਆਦਾ ਲੈਸ ਮਾਰਕੀਟ ਦੇ ਵਿੱਚ ਮਤਲਬ ਅਵੇਲੇਬਲ ਮਿਲਦੀ ਹੈ। ਹੁਣ ਤੁਸੀਂ ਖੁਦ ਹੀ ਦੇਖੋ, ਕਲਾਸਮੇਟ ਵਗੈਰਾ ਦੀਆਂ ਨੋਟਬੁੱਕ ਉੱਤੇ 1% ਲੈਸ ਲੱਗੀ ਹੁੰਦੀ ਹੈ ਮਾਰਕੀਟ ਦੇ ਵਿੱਚ। ਭਾਅ ਜੀ, ਦੇਖਿਆ ਜਾਂਦਾ ਸੀਗਾ ਜਦੋਂ ਦਿਨ ਤਿਉਹਾਰ ਆਉਂਦੇ, ਫੈਸਟੀਵਲ ਸੀਜ਼ਨ ਆਉਂਦਾ, ਨਿਊ ਈਅਰ ਆਉਂਦਾ, ਦੁਕਾਨਾਂ 'ਚ ਇੰਨਾ ਰਸ਼ ਹੁੰਦਾ ਸੀ ਗ੍ਰੀਟਿੰਗ ਖਰੀਦਣ ਦਾ, ਉਹ ਕਿਉਂ ਹੁਣ ਲੋਕ ਖਾਲੀ ਕਿਉਂ ਰਹਿੰਦੀਆਂ ਦੁਕਾਨਾਂ? ਗ੍ਰੀਟਿੰਗ ਕਾਰਡ ਵੀ ਖਤਮ ਹੋ ਗਿਆ ਹੁਣ ਤਾਂ, ਮਤਲਬ ਗ੍ਰੀਟਿੰਗ ਕਾਰਡ 90% ਮਤਲਬ ਟੋਟਲੀ 100% ਹੀ ਹੁਣ ਫੋਨ ਦੇ ਉੱਤੇ ਹਰ ਕੋਈ ਮੈਸੇਜ ਕਰ ਦਿੰਦਾ, ਹਰ ਇੱਕ ਫੈਸਟੀਵਲ ਦਾ ਮੈਸੇਜ ਉਹਦੇ 'ਤੇ, ਬਰਥਡੇ ਕਾ ਬਰਥਡੇ ਵਿਸ਼ ਉਹਦੇ 'ਤੇ, ਕੋਈ ਵੀ ਚੀਜ਼ ਨਹੀਂ ਛੱਡਦੇ ਹਰੇਕ, ਮਤਲਬ ਕੋਈ ਵੀ ਆ ਗ੍ਰੀਟਿੰਗ ਕਾਰਡਸ ਮੋਬਾਈਲ ਨੇ ਖਤਮ ਕਰ ਦਿੱਤੇ ਆ ਸਾਡੇ, ਕਿਉਂ ਨਹੀਂ ਹੈ ਹੁਣ ਦੇਖਦਾ ਹੀ ਨਹੀਂ। ਔਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਅਸਰ ਪਿਆ? ਹੋਰ ਤੁਸੀਂ ਕਹਿ ਲਓ ਕਿ ਜਿੱਦਾਂ ਸਾਡੇ ਫੋਨ ਡੈਰੀ ਖਤਮ ਹੋ ਗਈ ਹੈ, ਫੋਨ ਡੈਰੀ ਨਹੀਂ ਵਿਕਦੀ ਹੈਗੀ, ਨੋਰਮਲ ਡੈਰੀ ਦੀ ਸੇਲ ਕਾਫੀ ਹੱਦ ਤਾਈਂ ਖਤਮ ਕਰ ਦਿੱਤੀ ਹੈ, ਕਿ ਹੁਣ ਲਿਖਣ ਦਾ ਟ੍ਰੈਂਡ ਹੀ ਖਤਮ ਹੋ ਗਿਆ, ਹਰ ਕੋਈ ਮੇਲ ਈਮੇਲ ਅਤੇ ਇਹੀ ਚੱਲ ਪਿਆ ਹੈ। ਉਹਦੇ ਨਾਲ ਪੇਪਰ ਮਤਲਬ ਤੁਸੀਂ ਕਹਿ ਲਓ ਕਿ ਪ੍ਰਿੰਟ ਆਊਟ ਸੀ ਗਿਆ, ਹਰ ਕੋਈ ਹਰ ਕੰਮ ਪ੍ਰਿੰਟ ਆਊਟ ਦੇ ਉੱਤੇ ਆ ਗਿਆ। ਔਰ ਵੈਸੇ ਭਾਅ ਜੀ, ਮੈਂ ਇੱਕ ਚੀਜ਼ ਤੁਹਾਡੇ ਤੋਂ ਆਖਰੀ ਪੁੱਛਣਾ ਚਾਹੁੰਦਾ, ਫਿਰ ਦੇਖਿਆ ਜਾਵੇ ਅਸੀਂ ਲਿਖਣਾ ਛੱਡ ਦਿੱਤਾ, ਅਸੀਂ ਪੜ੍ਹਨਾ ਛੱਡ ਦਿੱਤਾ, ਸਾਰੀਆਂ ਚੀਜ਼ਾਂ ਫੋਨ ਦੇ ਉੱਤੇ ਹੋ ਗਈਆਂ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਐਜੂਕੇਸ਼ਨ ਦਾ ਲੈਵਲ ਹੈ, ਸਾਡੀ ਸਕਿੱਲ ਦਾ ਲੈਵਲ ਹੈ, ਇਹਦੇ ਵਿੱਚ ਘਟਿਆ ਆ? ਪਹਿਲਾਂ ਲੋਕ ਕਿਤਾਬਾਂ ਪੜ੍ਹਦੇ ਵੀ ਸੀ, ਕਾਪੀਆਂ 'ਤੇ ਬਹੁਤ ਵੱਡਾ ਵੱਡਾ ਕੁਛ ਲਿਖਦੇ ਵੀ ਸੀ, ਆਪਣੇ ਨੋਟਸ ਵੀ ਬਣਾਉਂਦੇ ਸੀ, ਹੁਣ ਉਹ ਬੰਦ ਕਰ ਦਿੱਤੇ ਉਹ ਵੀ ਬੰਦ ਕਰ ਦਿੱਤੇ। ਔਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਇੱਕ 4 ਸਾਲ ਦਾ ਬੱਚਾ ਵੀ ਹੈ ਨਾ, ਉਹਨੂੰ ਤੁਸੀਂ ਬੁੱਕ ਦਊਂਗੇ, ਉਹ ਬੁੱਕ ਸਾਈਡ 'ਤੇ ਰੱਖੇਗਾ, ਫੋਨ ਫੜੇਗਾ, ਬਹੁਤ ਸਹੀ ਗੱਲ, ਜ਼ਿਆਦਾ ਟਾਈਮ ਆਪਣਾ ਮਤਲਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਬੱਚਿਆਂ 'ਚ ਰਾਈਟਿੰਗ ਸਕਿੱਲ ਖਤਮ ਹੋ ਰਹੀ ਹੈ, ਬੱਚੇ ਦੀ ਹੈਂਡ ਰਾਈਟਿੰਗ ਤੁਸੀਂ ਚੈੱਕ ਕਰੋ, ਜਿਹੜੇ ਬੱਚੇ ਮਤਲਬ ਹੈਂਡ ਰਾਈਟਿੰਗ ਨਹੀਂ ਰਹਿ ਗਈਆਂ ਹੈਗੀਆਂ ਜੀ, ਜਿਹੜਾ ਬੱਚਾ ਸ਼ੌਂਕ ਨਾਲ ਮਤਲਬ ਆ ਗਿਆ, ਅੱਗੇ ਪੈੱਨ ਕਾਪੀ ਖਰੀਦਦਾ ਹੁੰਦਾ ਸੀ ਨਾ, ਕਿ ਸਾਨੂੰ ਪੈੱਨ ਦੇ ਦਿਓ ਜਾਂ ਕਾਪੀ ਦੇ ਦਿਓ, ਕੋਈ ਸਟੋਰੀ ਬੁੱਕ ਮੰਗਦਾ ਸੀ ਆ ਕੇ, ਹਾਂ ਪੇਰੈਂਟਸ ਦੀ ਮਜਬੂਰੀ ਹੈ ਕਿ ਉਹ ਬੱਚਿਆਂ ਨੂੰ ਆਪ ਕਹਿੰਦੇ ਆ ਚੱਲ ਤੈਨੂੰ ਮੈਂ ਸਟੋਰੀ ਬੁੱਕ ਲੈ ਦਵਾਂ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਕਹੀ ਤੁਸੀਂ ਭਾਅ ਜੀ। ਭਾਅ ਜੀ, ਤੁਸੀਂ ਮੈਨੂੰ ਆਪਣਾ ਨਾਮ ਦੱਸੋ ਪਲੀਜ਼, ਔਰ ਦੁਕਾਨ ਦਾ ਨਾਮ ਦੱਸੋ। ਦੁਕਾਨ ਮੇਰੀ ਹੈਗੀ ਹੈ ਸਟੈਂਡਰਡ ਸਟੇਸ਼ਨਰੀ ਸਟੋਰ ਹੁਸ਼ਿਆਰਪੁਰ, ਔਰ ਤੁਹਾਡਾ ਨਾਮ? ਤੁਹਾਡਾ ਸ਼ੁਭ ਨਾਮ ਹੈ ਵਿੱਕੀ। ਭਾਅ ਜੀ, ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਮੈਂ ਆਪਣੇ ਦੋਸਤਾਂ ਨੂੰ ਸਾਰੇ ਵਿਊਅਰਸ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ, ਆਪਣੇ ਬੱਚਿਆਂ ਨੂੰ ਨਾ ਹਫ਼ਤੇ ਦੇ ਵਿੱਚ 1-2 ਦਿਨ ਤੁਸੀਂ ਘੁਮਾਉਣ ਫਿਰਾਉਣ ਲਈ ਸਟੇਸ਼ਨਰੀ ਸ਼ੋਪ ਦੇ ਉੱਤੇ ਜ਼ਰੂਰ ਲੈ ਕੇ ਆਓ, ਤਾਂ ਕਿ ਉਹ ਸਟੇਸ਼ਨਰੀ ਸ਼ੋਪ ਦੇ ਉੱਤੇ ਉਹ ਕੁਛ ਨਾ ਕੁਛ ਖਰੀਦ ਕੇ ਲੈ ਕੇ ਜਾਣ, ਕੁਛ ਨਾ ਕੁਛ ਪੜ੍ਹਨ ਵਾਲਾ ਜ਼ਰੂਰ ਲੈ ਕੇ ਜਾਣ, ਜਿਨ੍ਹਾਂ ਦੇ ਨਾਲ ਉਹਨਾਂ ਦੇ ਮਾਨਸਿਕ ਵਿਕਾਸ, ਉਹਨਾਂ ਦੀ ਸਕਿੱਲ ਦੇ ਵਿੱਚ ਕੁਛ ਨਾ ਕੁਛ ਤਰੱਕੀ ਹੋਵੇ। ਉਹਨਾਂ ਨੂੰ ਫੋਨਾਂ ਤੋਂ ਦੂਰ ਰੱਖਣ ਦਾ ਇਹ ਵੀ ਇੱਕ ਤਰੀਕਾ ਆ, ਇੱਕ ਸ਼ੋਪ 'ਤੇ ਲੈ ਕੇ ਆਉਂਗੇ, ਸ਼ੋਪ ਦੇ ਉੱਤੇ ਵੈਰਾਇਟੀ ਪਈ ਹੈ, ਉਹ ਉਹਨਾਂ ਨੂੰ ਉੱਥੇ ਦੇਖਣ ਨੂੰ ਮਿਲੇਗੀ, ਉਹ
ਮੱਲੋ ਮੱਲੀ ਕਿਸੇ ਨਾ ਕਿਸੇ ਕਿਤਾਬ ਨੂੰ ਚੱਕੇਗਾ, ਕੋਈ ਨਾ ਕੋਈ ਕਾਪੀ ਨੂੰ ਚੱਕੇਗਾ ਜਿੱਥੇ ਉਹ ਲਿਖਣ ਦੀ ਕੋਸ਼ਿਸ਼ ਕਰੇਗਾ ਘਰ ਜਾ ਕੇ, ਔਰ ਉਹਦੇ ਨਾਲ ਉਹਨੂੰ ਬੈਨੀਫਿਟ ਹੋਏਗਾ। ਵੀਡੀਓ ਚੰਗੀ ਲੱਗੀ ਸ਼ੇਅਰ ਕਰੋ, ਛੋਟੇ ਦੁਕਾਨਦਾਰਾਂ ਨੂੰ ਵੀ ਅਸੀਂ ਸਪੋਰਟ ਕਰੀਏ। ਇੱਦਾਂ ਨਹੀਂ ਹੈ ਕਿ ਅਸੀਂ ਔਨਲਾਈਨ ਕੰਪਨੀਆਂ ਨੂੰ ਹੀ ਪ੍ਰਮੋਟ ਕਰਨਾ, ਹਰ ਬੰਦੇ ਨੇ ਰੋਟੀ ਖਾਣੀ ਹੈ। ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ। ਧੰਨਵਾਦ। ਜੈ ਹਿੰਦ।